ਹਾਂਜੀ ਕਿਵੇਂ ਸਾਰੇ? ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਕਿਵੇਂ ਹੋ ਸਾਰੇ ਜਣੇ? ਠੀਕ ਹੋ? ਮੈਂ ਠੀਕ ਹਾਂ। ਥੋੜ੍ਹਾ ਜਿਹਾ ਸਿੱਖ ਚੱਲਦਾ ਪਿਆ ਸੀ ਕਾਫੀ ਦਿਨਾਂ ਤੋਂ, ਅਤੇ ਇਸ ਕਰਕੇ ਵੀਡੀਓ ਨਹੀਂ ਆਈ। ਸੋ ਇਸ ਕਰਕੇ ਅੱਜ ਵੀਡੀਓ ਬਣਾ ਰਿਹਾ। ਅੱਜ ਜਿਹੜੀ ਵੀਡੀਓ ਆਪਣੀ ਉਹ ਘਰ 'ਚ ਹੀ ਹੋਊਗੀ। ਘਰ 'ਚ ਇੱਦਾਂ ਹੈ ਕਿ ਘਰ ਦੇ ਵਿੱਚ ਪੈਂਡਿੰਗ ਕੰਮ ਬਹੁਤ ਕਰਨ ਵਾਲੇ ਨੇ, ਅਤੇ ਪਹਿਲਾਂ ਤਾਂ ਪਾਰਸਲ ਆਏ ਹੋਏ ਨੇ, ਉਹਦੇ ਵਿੱਚ ਸਮਾਨ ਆਇਆ। ਤੁਹਾਨੂੰ ਸਾਰਿਆਂ ਨੂੰ ਦਿਖਾਊਂਗਾ ਕੀ ਸਮਾਨ ਆਇਆ। ਵਲੌਗ ਰਿਲੇਟਿਡ ਵੀ ਹੈ, ਅਤੇ ਕੁਛ ਮੇਰੀ ਸਿਸਟਰ US ਰਹਿੰਦੀ ਹੈ, ਉਹਨੇ ਰੱਖੜੀਆਂ ਭੇਜੀਆਂ ਨੇ, ਥੋੜ੍ਹੇ ਦਿਨਾਂ ਤੱਕ ਰੱਖੜੀ ਹੈ। ਸੁਣ ਰਿਹਾ ਸਾਊਂਡ? ਇਹ ਮੇਰੇ ਪੁੱਤ ਦਾ ਇੱਕ ਕੰਮ ਦਾ, ਠੀਕ ਹੈ। ਇਹ ਵੀ ਵੱਡਾ ਹੋ ਗਿਆ, ਪਤਾ ਨਹੀਂ ਕੀ ਹੁਣ ਸਿੰਗਰ ਬਣੂਗਾ। ਆ ਜੀ ਤਾਂ ਲਾ ਰਿਹਾ, ਚਲੋ ਦੇਖਦੇ ਹਾਂ ਕੀ ਬਣੂਗਾ। ਕੋਈ ਗੱਲ ਨਹੀਂ, ਕੋਈ ਪ੍ਰੈਸ਼ਰ ਨਹੀਂ ਹੈ। ਸੋ ਹਾਂ, ਇੱਕ ਕੰਮ ਹੈਗੇ ਆ, ਇਹਦੀ ਸੀਟ ਲਿਆਂਦੀ ਸੀ ਇਹ ਕੰਮ ਦੀ, ਉਹ ਲਾਉਣ ਵਾਲੀ ਆ। ਟੀਵੀ ਦੀ ਜਿਹੜੀ ਸੈਟਿੰਗ ਆ ਉਹ ਹਿੱਲੀ ਹੋਈ ਸੀ, ਉਹ ਕਰਨ ਵਾਲੀ ਆ। ਪਾਰਸਲ ਤੁਹਾਨੂੰ ਦੱਸਤਾ, ਪਾਰਸਲ ਖੋਲ੍ਹਣੇ ਆ। ਅਤੇ ਅੱਜ ਦਾ ਜਿਹੜਾ ਵਲੌਗ ਆ ਉਹ ਘਰ 'ਚ ਰਹਿ ਕੇ ਹੋਊਗਾ। ਸੋ ਇਸ ਕਰਕੇ ਰਿਲੈਕਸ ਡੇ ਐਂਡ ਘਰ 'ਚ ਰਹਿ ਕੇ ਹੋਣ ਵਾਲਾ, ਅਤੇ ਬਣੇ ਰਹੋ ਵੀਡੀਓ ਦੇ ਵਿੱਚ। ਸੋ ਸਭ ਤੋਂ ਪਹਿਲਾਂ ਆਪਾਂ ਖੋਲ੍ਹਾਂਗੇ ਆਹ ਵਾਲਾ ਪਾਰਸਲ। ਇਹਦੇ ਵਿੱਚ ਵੈਸੇ ਮੈਨੂੰ ਪਤਾ ਹੈ ਕੀ ਆ, ਇਹਦੇ ਵਿੱਚ ਹੈ ਇੱਕ ਪਾਵਰ ਬੈਂਕ ਜਿਹੜਾ ਕਿ ਮੈਂ ਕੰਮ ਲਈ ਯੂਜ਼ ਕਰੂੰਗਾ, ਅਤੇ ਇੱਕ ਹੈਗਾ ਇਹਦੇ ਵਿੱਚ ਮੋਬਾਈਲ ਸਟੇਬਲਾਈਜ਼ਰ ਜਿਹਨੂੰ ਆਪਾਂ ਟ੍ਰਾਈਪੋਡ ਵੀ ਕਹਿੰਦੇ ਹਾਂ। ਸੋ ਉਹਦੇ ਨਾਲ ਕੀ ਆ, ਵੀਡੀਓ ਦੇ ਵਿੱਚ ਜਿਹੜੀ ਆ ਉਹ ਥੋੜ੍ਹੀ ਕਲੈਰਿਟੀ ਆ ਜੂਗੀ, ਥੋੜ੍ਹੀ ਜਿਹੀ ਸਟੇਬਲ ਰਹਿਣ ਲੱਗ ਜੂਗੀ ਵੀਡੀਓ। ਮੈਂ ਕਾਫੀ ਦੇਰ ਤੋਂ ਆਰਡਰ ਕੀਤਾ ਹੋਇਆ ਸੀਗਾ, ਅਤੇ ਇੱਕ ਹੋਰ ਵੀ ਆਰਡਰ ਕੀਤਾ ਸੀਗਾ, ਉਹ ਆਈ ਥਿੰਕ ਚਾਈਨਾ ਤੋਂ ਜਾਂ ਹੋਂਗਕੋਂਗ ਤੋਂ ਆਉਣਾ ਸੀਗਾ, ਬਟ ਉਹ ਹਾਲੇ ਤੱਕ ਨਹੀਂ ਆਇਆ। ਅਤੇ ਉਹ ਮੈਂ ਉਹਦੀ ਰਿਪੋਰਟ ਕਰ ਦਿੱਤੀ ਆ, ਸ਼ਾਇਦ ਉਹ ਪਤਾ ਨਹੀਂ ਮਿਸਪਲੇਸ ਹੋ ਗਿਆ ਜਾਂ ਕੁਛ ਹੈ, ਉਹਨਾਂ ਨੇ ਮੈਨੂੰ ਰੀਫੰਡ ਕਰ ਦਿੱਤਾ ਆ। ਬਟ ਸ਼ਾਇਦ ਉਹ ਕਹਿੰਦੇ ਪਏ ਸੀਗੇ ਕਿ ਮੇ ਬੀ ਆ ਵੀ ਜਾਵੇ, ਮੇ ਬੀ ਸ਼ਾਇਦ 15-20 ਦਿਨ, ਮਹੀਨੇ ਤੱਕ, 2 ਮਹੀਨੇ ਤੱਕ ਆਜੂਗਾ। ਜੇ ਆਜੂਗਾ ਤਾਂ ਤੁਹਾਨੂੰ ਮੈਂ ਦਿਖਾ ਦੂੰਗਾ। ਸੋ ਇਹਦੇ ਵਿੱਚ ਤੁਹਾਨੂੰ ਮੈਂ ਦੱਸ ਦਿੱਤਾ ਕੀ ਆ। ਸੈਕਿੰਡ ਵਨ, ਇਹਦੇ ਵਿੱਚ ਮੈਂ ਆਪਣੇ ਬੀਅਰਡ ਦੇ ਪ੍ਰੋਡਕਟ ਮੰਗਵਾਏ ਸੀਗੇ, ਉਹਨਾਂ ਨੇ ਮੈਨੂੰ ਟਰਾਈ ਕਰਨ ਨੂੰ ਦਿੱਤੇ ਆ। ਤੀਜੇ ਵਿੱਚ ਕੀ ਆ, ਮੇਨ ਇਹਦੇ ਵਿੱਚ ਮੇਰੀ ਸਿਸਟਰ ਦੀ ਰੱਖੜੀ ਆਈ ਹੈ, ਉਹ ਵੀ ਤੁਹਾਨੂੰ ਦਿਖਾਊਂਗਾ। ਸੋ ਬਣੇ ਰਹੋ ਵੀਡੀਓ ਦੇ ਵਿੱਚ। ਪਹਿਲਾਂ ਮੈਂ ਆਹ ਖੋਲੂੰਗਾ ਤਾਂ ਕਿ ਇਹਦੇ ਨਾਲ ਮੋਬਾਈਲ ਜਿਹੜਾ ਆ ਉਹ ਰੱਖ ਦੂੰਗਾ ਮੈਂ, ਅਤੇ ਉਹਦੇ ਨਾਲ ਕੀ ਆ ਨੈਕਸਟ ਵੀਡੀਓ ਦੇ ਵਿੱਚ ਫਿਰ ਹੌਲੀ ਹੌਲੀ ਤੁਹਾਨੂੰ ਮੈਂ ਖੋਲ੍ਹਦੇ ਜਾਊਂਗਾ ਅਤੇ ਤੁਹਾਨੂੰ ਦਿਖਾਉਂਦੇ ਜਾਊਂਗਾ ਕਿਹੜਾ ਕਿਹੜੇ ਕੰਮ ਕਰ ਰਿਹਾ। ਸੋ ਇਹ ਆ ਜੀ ਮੋਬਾਈਲ ਸਟੇਬਲਾਈਜ਼ਰ ਟ੍ਰਾਈਪੋਡ, ਅਤੇ ਇਹ ਹੈ ਇੱਕ ਪਾਵਰ ਬੈਂਕ, ਇਹਨੂੰ ਮੈਂ ਯੂਜ਼ ਕਰੂੰਗਾ। ਅਤੇ ਜਿਹੜੇ ਜਿਹੜੇ ਪ੍ਰੋਡਕਟ ਮੈਂ ਯੂਜ਼ ਕਰੂੰਗਾ ਉਹ ਮੈਂ ਤੁਹਾਨੂੰ ਦੱਸਦਾ ਵੀ ਰਹੂੰਗਾ। ਇਹਦਾ ਜਿਹੜਾ ਲਿੰਕ ਆ ਉਹ ਮੈਂ ਡਿਸਕ੍ਰਿਪਸ਼ਨ 'ਚ ਪਾ ਦੂੰਗਾ, ਤਾਂ ਕਿ ਜੇ ਕਿਸੇ ਨੇ ਖਰੀਦਣੇ ਆ, ਬਟ ਮੈਂ ਹਾਲੇ ਰਿਕਮੈਂਡ ਨਹੀਂ ਕਰੂੰਗਾ ਕਿਉਂਕਿ ਹਾਲੇ ਮੈਂ ਯੂਜ਼ ਨਹੀਂ ਕੀਤੇ। ਜਿੱਦਾਂ ਜਿੱਦਾਂ ਮੈਂ ਯੂਜ਼ ਕਰੂੰਗਾ ਅਤੇ ਤੁਹਾਨੂੰ ਇਹਦਾ ਰਿਵਿਊ ਵੀ ਦਿੰਦਾ ਰਹੂੰਗਾ। ਸੋ ਇਹ ਨੇ ਜੀ ਉਹ ਪ੍ਰੋਡਕਟ। ਸੋ ਹੁਣ ਮੈਂ ਪਹਿਲਾਂ ਇਹਦੀ ਅਨਬੋਕਸਿੰਗ ਕਰੂੰਗਾ, ਇਹਦੀ ਅਨਬੋਕਸਿੰਗ ਕਰਕੇ ਫਿਰ ਮੈਂ ਮੋਬਾਈਲ ਜਿਹੜਾ ਆ ਉਹ ਲਗਾ ਦੂੰਗਾ ਸਟੈਂਡ ਦੇ ਉੱਤੇ, ਬਾਕੀ ਸਾਰੇ ਪ੍ਰੋਡਕਟ ਜਿਹੜੇ ਆ ਉਹ ਇੱਕ ਇੱਕ ਕਰਕੇ ਖੋਲੂੰਗਾ। ਇਹ ਇਹਦੀ ਹਿਸਟਰੀ ਆ, ਹਿਸਟਰੀ ਜੋਗ੍ਰਾਫੀ। ਵੈਸੇ ਤਾਂ ਪੜ੍ਹਨ ਦੀ ਕੋਈ ਲੋੜ ਨਹੀਂ ਹੈ, ਇਹ ਦੇਖ ਕੇ ਪਤਾ ਲੱਗ ਹੀ ਗਿਆ। ਅਤੇ ਇਹ ਆ ਜੀ ਪ੍ਰੋਡਕਟ, ਦੇਖ ਸਕਦੇ ਹੋ ਇਹ ਇਹਦੇ ਵਿੱਚ ਟ੍ਰਾਈਪੋਡ ਸਟੈਂਡ, ਇਹਦੇ ਵਿੱਚ ਮੋਬਾਈਲ ਜਿਹੜਾ ਆ ਉਹ ਸਟੇਬਲ ਰਹੇਗਾ। ਇਹ ਟ੍ਰਾਈਪੋਡ ਇਹਦੇ ਵਿੱਚ ਇੱਥੋਂ ਲੱਗੇਗਾ, ਇਹਦੇ ਨਾਲ ਇਹਨੂੰ ਸਕਰਿਊ ਕਰਨ ਲਈ ਇਹ ਹੈ, ਚਾਰਜ ਕਰਨ ਲਈ ਵਾਇਰ ਹੈ, ਬਲੂਟੂਥ ਕਨੈਕਟੀਵਿਟੀ ਹੈ। ਸੋ ਇਹ ਇਹਦਾ ਰਿਮੋਟ ਹੈ ਅਤੇ ਇਹ ਸਕਰਿਊ ਆ। ਸੋ ਹੁਣ ਇਹਨੂੰ ਅਸੈਂਬਲ ਕਰ ਲੈਂਦੇ ਹਾਂ, ਅਤੇ ਅਸੈਂਬਲ ਕਰਕੇ ਫਿਰ ਮੈਂ ਤੁਹਾਨੂੰ ਦਿਖਾਉਂਦਾ। Thank you.
ਟੈਸਟ ਕਰਨ ਦਾ ਟਾਈਮ ਆ ਗਿਆ ਸੋ ਬਲੂਟੁੱਥ ਨਾਲ ਇਹਦੀ ਕਨੈਕਟੀਵਿਟੀ ਹੋ ਗਈ ਆ ਓਕੇ ਸੋ ਟੈਸਟ ਜਿਹੜਾ ਸਕਸੈਸਫੁਲ ਰਿਹਾ ਫੋਟੋਜ਼ ਖਿੱਚਣੀਆਂ ਸਟਾਰਟ ਕਰ ਦਿੱਤੀਆਂ ਮੈਂ ਇੱਕ ਵਾਰੀ ਚੈੱਕ ਕਰਦਾ ਕਿ ਵੀਡੀਓ ਇਹਦੇ ਤੋਂ ਸਟਾਰਟ ਹੁੰਦੀ ਹੈ ਕਿ ਨਹੀਂ ਰਿਮੋਟ ਤੋਂ ਚੱਲ ਪਿਆ ਜੀ ਸੋ ਰਿਮੋਟ ਕੰਮ ਕਰ ਰਿਹਾ ਪ੍ਰੋਪਰ ਵਧੀਆ ਠੀਕ ਹੈ ਇਹ ਆਈ ਥਿੰਕ ਚਾਰਜ ਹੋਇਆ ਕਰੂਗਾ ਇਹਦੀ ਚਾਰਜਿੰਗ ਕੇਬਲ ਨਾਲ ਸੋ ਇੱਕ ਵਾਰ ਮੈਂ ਤੁਹਾਨੂੰ ਇਹਦਾ ਸੈਟਅਪ ਜਿਹੜਾ ਆ ਉਹਦਾ ਦਿਖਾ ਦਿੰਦਾ ਸੋ ਇਹ ਹੈ ਜੀ ਸੈਟਅਪ ਹੋ ਗਿਆ ਨੈਕਸਟ ਜਿਹੜੇ ਪਾਰਸਲ ਆ ਹੁਣ ਮੈਂ ਮੋਬਾਈਲ ਜਿਹੜਾ ਆਪਣਾ ਇਹਦੇ 'ਤੇ ਸੈਟਲ ਕਰ ਦੂੰਗਾ ਅਤੇ ਉਹਦੇ ਤੋਂ ਵੀਡੀਓ ਬਣਾਵਾਂਗੇ ਸੋ ਹੁਣ ਮੈਂ ਜਿਹੜਾ ਆ ਇਹ ਸੈਟਅਪ ਕਰੂੰਗਾ ਇਹ ਥੋੜ੍ਹਾ ਗਿੱਲਾ ਹੋ ਗਿਆ ਸੀਗਾ ਇਸ ਕਰਕੇ ਅਤੇ ਮੈਂ ਸੈੱਲ ਕੱਢ ਕੇ ਰੱਖ ਦਿੱਤੇ ਸੀਗੇ ਇਲੈਕਟ੍ਰੋਨਿਕਸ ਚੀਜ਼ ਆ ਸੋ ਇਹਨੂੰ ਦੁਬਾਰਾ ਸੈਟਅਪ ਕਰਾਂਗੇ ਟੈਸਟ ਵੀ ਕਰ ਲੈਂਦੇ ਹਾਂ ਸੋ ਕਾਫੀ ਦਿਨ ਤੋਂ ਇਹ ਪਿਆ ਹੋਇਆ ਸੀ ਇੱਦਾਂ ਇਹਨੂੰ ਹੁਣ ਆਪਾਂ ਸਟਾਰਟ ਕਰ ਲਿਆ ਹੁਣ ਵਾਰੀ ਆਉਂਦੀ ਹੈ ਜੀ ਨੈਕਸਟ ਜਿਹੜੇ ਆ ਉਹਨਾਂ ਨੂੰ ਅਨਬੋਕਸ ਕਰਨ ਦੀ ਸੋ ਸਭ ਤੋਂ ਪਹਿਲਾਂ ਖੋਲ੍ਹ ਲੈਂਦੇ ਹਾਂ ਜੀ ਰੱਖੜੀ ਮੇਰੀ ਸਿਸਟਰ ਨੇ USA ਤੋਂ ਭੇਜੀਆਂ ਰੱਖੜੀਆਂ ਖੋਲ੍ਹ ਕੇ ਦੇਖ ਲੈਂਦੇ ਹਾਂ ਕੀ ਲੱਭ ਰਿਹਾ ਸੋਚ ਰਹੇ ਹੋਗੇ ਕੀ ਲੱਭ ਰਿਹਾ ਦੇਖਦਾ ਕਿਤੇ USA ਦਾ ਵੀਜ਼ਾ ਜਾਂ ਪਾਸਪੋਰਟ ਪਾ ਕੇ ਤਾਂ ਨਹੀਂ ਭੇਜ ਦਿੱਤਾ ਪਰ ਨਹੀਂ ਖਾਲੀ ਹੈ ਇੱਦਾਂ ਕੋਈ ਵੀਜ਼ੇ ਪਾਸਪੋਰਟ ਨਹੀਂ ਆਉਂਦੇ ਸੋ ਇਹਨੂੰ ਰੱਖਦੇ ਨੇ ਇੱਧਰ ਸੋ ਇਹ ਦੋ ਰੱਖੜੀਆਂ ਜੀ ਮੇਰੀਆਂ ਅਤੇ ਦੋ ਰੱਖੜੀਆਂ ਏਕਮ ਦੀਆਂ ਏਕਮ ਦੀ ਫਸਟ ਰੱਖੜੀ ਆ ਮੇਰੀ ਸਿਸਟਰ ਦੀ ਜਿਹੜੀ ਬੇਟੀ ਆ ਜੈਸਮੀਨ ਉਹਨੇ ਭੇਜੀ ਆ ਸੋ ਦੋ ਰੱਖੜੀਆਂ ਨੇ ਅਤੇ ਦੋ ਧਾਕੇ ਭੈਣ ਭਰਾ ਦਾ ਪਿਆਰ ਇੰਨੀ ਦੂਰ ਆ ਮੈਨੂੰ ਲੱਗਦਾ ਤਕਰੀਬਨ 8 ਕੁ ਸਾਲ ਹੋ ਗਏ ਨੇ ਅਤੇ ਮੈਂ ਆਪਣੀ ਸਿਸਟਰ ਤੋਂ ਰੱਖੜੀ ਵਾਲੇ ਦਿਨ ਜਿਹੜੀ ਆ ਉਹ ਰੱਖੜੀ ਨਹੀਂ ਬਣਾਈ ਪਹਿਲਾਂ ਲੜਦੇ ਹੁੰਦੇ ਸੀ ਮੈਂ ਨਹੀਂ ਰੱਖੜੀ ਬਣਾਉਣੀ ਮੈਨੂੰ ਪੈਸੇ ਦੇਣੇ ਪੈਣਗੇ ਪਾਪਾ ਨੇ ਪੈਸੇ ਦੇਣੇ ਚੱਲ ਵੀ ਤੂੰ ਸਿਸਟਰ ਨੂੰ ਦੇ ਦੇਈ ਬਟ ਹੁਣ ਉਹ ਗੱਲਾਂ ਨਹੀਂ ਰਹੀਆਂ ਹੁਣ ਇੱਥੋਂ ਇੰਨੀ ਦੂਰ ਆ ਗਏ ਹਾਂ ਅਤੇ ਇੱਕ ਦੂਜੇ ਨੂੰ ਜਿਹੜਾ ਆ ਉਹ ਤਰਸਦੇ ਹਾਂ ਵੀ ਆਪਾਂ ਮਿਲ ਲਈਏ ਪਰ ਜਿਹੜਾ ਟਾਈਮ ਆ ਜਿਹੜਾ ਉਹ ਨਹੀਂ ਕਈ ਵਾਰੀ ਆਪਾਂ ਨੂੰ ਇਜਾਜ਼ਤ ਦਿੰਦਾ ਸੋ ਇੱਦਾਂ ਹੀ ਆ ਕਈ ਵਾਰੀ ਜਿਹੜੇ ਆ ਤਿਉਹਾਰ ਜਿਹੜੇ ਆ ਇੰਨੀ ਦੂਰ ਦੂਰ ਆ ਕੇ ਜਿਹੜੇ ਆ ਉਹ ਮਨਾਉਣੇ ਪੈਂਦੇ ਆ ਬਟ ਕੋਈ ਗੱਲ ਨਹੀਂ ਕਿਸੇ ਨਾ ਕਿਸੇ ਦਿਨ ਰੱਖੜੀ ਵਾਲੇ ਦਿਨ ਤਾਂ ਇਕੱਠੇ ਹੋਵਾਂਗੇ ਦੇਖੋ ਕਿਹੜੇ ਸਾਲ 'ਚ ਹੁੰਦੇ ਆ ਸ਼ਾਇਦ ਜਲਦੀ ਹੋਵਾਂਗੇ ਤਾਂ ਦੱਸਾਂਗੇ ਤੁਹਾਨੂੰ ਸੋ ਇਹ ਰੱਖੜੀਆਂ ਨੇ ਜੀ ਥੋੜ੍ਹੇ ਦਿਨ ਤੱਕ ਰੱਖੜੀ ਆ ਅਤੇ ਉਦੋਂ ਬੰਨਾਂਗੇ ਇਹਨੂੰ ਮੈਂ ਰੱਖ ਦਿੰਦਾ ਸਾਈਡ ਦੇ ਉੱਤੇ ਅਤੇ ਨੈਕਸਟ ਹੈ ਜੀ ਆਪਣੇ ਕੋਲ ਪਹਿਲਾਂ ਕਿਹੜਾ ਖੋਲ੍ਹੀਏ ਚਲੋ ਪਹਿਲਾਂ ਪਾਵਰ ਬੈਂਕ ਖੋਲ੍ਹ ਲੈਂਦੇ ਹਾਂ ਰੱਖੜੀਆਂ ਜਿਹੜੀਆਂ ਉਹ ਵੀ ਮੈਂ ਸਾਈਡ 'ਤੇ ਰੱਖ ਦਿੰਦਾ ਅਤੇ ਪਾਵਰ ਬੈਂਕ ਸੋ ਇਹਦੀ ਵੀ ਜਿਹੜੀ ਆ ਉਹ ਅਨਬੋਕਸਿੰਗ ਅੱਜ ਹੀ ਕਰ ਲੈਂਦੇ ਹਾਂ ਬੈਟਰੀ ਜਿਹੜੀ ਆ ਨਾ ਉਹ ਬਹੁਤ ਜ਼ਿਆਦਾ ਯੂਜ਼ ਹੁੰਦੀ ਆ ਸੋ ਪਾਵਰ ਬੈਂਕ ਦੀ ਜਿਹੜੀ ਆ ਉਹ ਬਹੁਤ ਲੋੜ ਪੈਂਦੀ ਆ ਇਹ ਆ ਜੀ ਪਾਵਰ ਬੈਂਕ ਮੈਂ ਔਨਲਾਈਨ ਔਡਰ ਕੀਤਾ ਸੀਗਾ ਇਹ ਹੈਗਾ 10,000 ਮੈਗਾ ਹਰਟਸ ਆਈ ਡੋਂਟ ਨੋ ਕੀ ਹਰਟਸ ਹੁੰਦੇ ਕੀ ਹੁੰਦੇ ਆ ਯੈਸ 10,000 ਕੋਗਨ ਦਾ ਆ ਅਤੇ ਮੈਂ ਯੂਜ਼ ਕਰੂੰਗਾ ਤਾਂ ਤੁਹਾਨੂੰ ਮੈਂ ਇਹਦਾ ਲਿੰਕ ਜਿਹੜਾ ਉਹ ਪਾ ਦੂੰਗਾ ਸੋ ਇਹ ਹੈ ਜੀ ਆਪਣੇ ਕੋਲ ਇਹਦੇ ਵਿੱਚ ਮੈਨੂੰ ਸ਼ੋਰ ਨਹੀਂ ਹੈ ਕੀ ਆ ਵੈਸੇ ਮੇਰੇ ਹਿਸਾਬ ਨਾਲ ਇਹਦੇ ਵਿੱਚ ਮੈਂ ਬੀਅਰਡ ਦੇ ਪ੍ਰੋਡਕਟ ਜਿਹੜੇ ਆ ਉਹ ਮੰਗਵਾਏ ਸੀਗੇ ਇਹ ਕੀ ਆ ਯੈਸ ਆਈ ਥਿੰਕ ਉਹੀ ਆ ਬੀਅਰਡ ਕਿੰਡਲ ਕਿੱਟ ਹੈ ਪੋਟਲੀ ਬੜੀ ਸ਼ਾਨਦਾਰ ਹੈ ਪੋਟਲੀ ਦੇ ਵਿੱਚ ਕੀ ਆ ਓਕੇ
ਸੋ ਇਹ ਹੈ ਜੀ ਬੀਅਰਡ ਆਇਲ, ਬੀਅਰਡ ਬਰੱਸ਼, ਬੀਅਰਡ ਕੌਂਬ, ਲੱਕੜ ਦਾ ਕੌਂਬ ਹੈ, ਬੀਅਰਡ ਬਾਮ। ਓਕੇ, ਸੋ ਮੈਂ ਇਹੋ ਜਿਹੇ ਪ੍ਰੋਡਕਟ ਕਦੇ ਯੂਜ਼ ਨਹੀਂ ਕੀਤੇ ਕੋਈ। ਇਹ ਮੈਂ ਕਾਫੀ ਰਿਸਰਚ ਤੋਂ ਬਾਅਦ ਮੰਗਾਏ ਆ ਕਿਉਂਕਿ ਇਹ ਬੀਅਰਡ ਦਾ ਮਾਮਲਾ ਹੈ, ਸੋ ਇਹਦੇ ਨਾਲ ਰਿਸਕ ਨਹੀਂ ਲੈ ਸਕਦੇ। ਸੋ ਮੈਂ ਟਰਾਈ ਕਰੂੰਗਾ ਇੱਕ ਅੱਧਾ ਦਿਨ ਟਰਾਈ ਕਰਕੇ, ਕਿਉਂਕਿ ਇਹ ਪੂਰੇ 100% ਜਿਹੜੇ ਆ ਉਹ ਨੈਚੁਰਲ ਔਰਗੈਨਿਕ ਚੀਜ਼ਾਂ ਨਾਲ ਬਣੇ ਹੋਏ ਆ, ਕੋਈ ਨੈਚੁਰਲ ਹੈ, ਕੋਈ ਵੀ ਚੀਜ਼ ਇਹਦੇ ਵਿੱਚ ਮਿਲਾਵਟੀ ਨਹੀਂ ਹੈ, ਮਿਕਸਚਰ ਨਹੀਂ ਹੈ ਕੁਛ ਵੀ। ਸੋ 100% ਨੈਚੁਰਲ ਔਰਗੈਨਿਕ, ਦ ਬੈਸਟ ਫੋਰ ਯੋਰ ਬੀਅਰਡ। ਸੋ ਇਹ ਹੈ ਬੀਅਰਡ ਆਇਲ, ਅਤੇ ਇਹਦੇ ਨਾਲ ਕੀ ਹੈ ਥਿਕਨੈਸ ਹੋ ਜਾਂਦੀ ਹੈ ਅਤੇ ਤੁਹਾਡੀ ਜਿਹੜੀ ਹੈ ਬੀਅਰਡ ਸੋਹਣੀ ਲੱਗਦੀ ਹੈ। ਸੋ ਇਹ ਹੈ ਬੀਅਰਡ ਆਇਲ। So I'm gonna use it and then I'll tell you ਕਿਵੇਂ ਇਹਦੀ ਪਰਫੋਰਮੈਂਸ ਹੁੰਦੀ ਹੈ। ਸੋ ਇਹ ਸੀਗਾ ਅੱਜ ਦਾ ਅਨਬੋਕਸਿੰਗ। ਸੋ ਅੱਗੇ ਚੱਲਦੇ ਹਾਂ ਹੁਣ ਹੋਰ ਕੰਮ ਕਰਨ ਵਾਲੇ। ਗੱਡੀ ਦੇ ਵਿੱਚ ਮੈਂ ਉਹ ਲਾਉਣੀ ਹੈ, ਏਕਮ ਦੀ ਸੀਟ ਲਿਆਉਂਦੀ ਸੀ ਉਹ ਲਾਉਣੀ ਹੈ, ਅਤੇ ਉਹ ਤੁਹਾਨੂੰ ਦਿਖਾਉਣਾ ਕਿਵੇਂ ਲੱਗਦੀ ਹੈ। ਸੋ ਹੁਣ ਨੈਕਸਟ ਜਿਹੜਾ ਕੰਮ ਹੈ ਉਹ ਹੈਗਾ ਜੀ ਏਕਮ ਦੀ ਕਾਰ ਦੀ ਸੀਟ ਲਾਉਣੀ ਹੈ। ਆਹ ਪਈ ਹੈ ਜੀ ਨਵੀਂ ਸੀਟ, ਅਤੇ ਇਹਨੂੰ ਲਾਉਣਾ ਹੈ ਗੱਡੀ ਦੇ ਵਿੱਚ। ਇਹ ਸੀ ਜੀ ਪੁਰਾਣੀ ਸੀਟ, ਇਹਨੂੰ ਨਵੀਂ ਦੇ ਨਾਲ ਰਿਪਲੇਸ ਕਰਦੇ ਹਾਂ। ਕਦੇ ਕੋਈ ਚੀਜ਼ ਨਾ ਸਮਝ ਆਵੇ ਨਾ ਅਤੇ ਕਿਤਾਬਾਂ ਪੜ੍ਹੀਆਂ ਹੁਣ ਤਾਂ ਪਤਾ ਲੱਗ ਜਾਂਦਾ। ਸੋ ਇਹ ਕਿਤਾਬ ਜਿਹੜੀ ਹੈ ਉਹ ਪੜ੍ਹਦੇ ਹਾਂ ਅਤੇ ਕਿੱਦਾਂ ਸੈਟਅਪ ਕਰਨਾ। ਸੈਟਅਪ ਕਰਨਾ ਥੋੜ੍ਹਾ ਜਿਹਾ ਮੈਨੂੰ ਮੁਸ਼ਕਲ ਲੱਗ ਰਿਹਾ। ਓਕੇ, ਸੋ ਕਈ ਵਾਰੀ ਕਿਤਾਬਾਂ ਵੀ ਨਹੀਂ ਕੰਮ ਆਉਂਦੀਆਂ, ਇੰਟਰਨੈਟ ਕੰਮ ਆਉਂਦਾ। ਇਹਦੇ ਵਿੱਚ ਮੈਨੂੰ ਲੱਭੀ ਯੂਟਿਊਬ ਦੇ ਉੱਤੇ, ਯੂਟਿਊਬ ਸੱਚਾ ਸਾਥੀ ਹੈ, ਯੂਟਿਊਬ ਦੇ ਨਾਲ ਹੀ ਕਾਫੀ ਚੀਜ਼ਾਂ ਪਤਾ ਲੱਗਦੀਆਂ ਨੇ। ਸੋ ਯੂ ਕੈਨ ਸੀ ਕੰਮ ਕੋਈ ਔਖਾ ਨਹੀਂ ਹੁੰਦਾ। ਸੋ ਬੜੀ ਹੀ ਜਦੋਂ ਜਹਿਦ ਦੇ ਬਾਅਦ, ਕਿਤਾਬਾਂ ਪੜ੍ਹਨ ਦੇ ਬਾਅਦ ਅਤੇ ਯੂਟਿਊਬ ਦੀ ਪੂਰੀ ਸਰਚ ਕਰਨ ਦੇ ਬਾਅਦ ਸੈਟਅਪ ਜਿਹੜਾ ਉਹ ਹੋ ਗਿਆ। ਐਜ਼ ਯੂ ਕੈਨ ਸੀ ਕਾਰ ਦੇ ਵਿੱਚ ਕਿੱਧਰ ਗਈ, ਆਹ ਓਕੇ। ਸੋ ਕਾਰ ਦੇ ਵਿੱਚ ਜਿਹੜੀ ਆ ਸੀਟ ਜਿਹੜੀ ਆ ਉਹ ਲੱਗ ਗਈ ਆ। ਸੋ ਇਹ ਵੀ ਜੋਬ ਜਿਹੜੀ ਡਨ ਆ। ਹਾਂ ਬਈ ਕਿੱਦਾਂ, ਠੀਕ ਹੈ ਹੁਣ? ਸੋ ਇੱਕ ਦੋ ਹੋਰ ਪੈਂਡਿੰਗ ਕੰਮ ਸੀਗੇ, ਉਹ ਵੀ ਮੈਂ ਕਰ ਲਏ ਸੀਗੇ ਕਿਉਂਕਿ ਮੀਂਹ ਪੈਣ ਲੱਗ ਗਿਆ ਸੀਗਾ। ਸੋ ਮੋਬਾਈਲ ਕੱਢਣ ਦਾ ਮੈਨੂੰ, ਫੋਨ ਕੱਢਣ ਦਾ ਮੌਕਾ ਨਹੀਂ ਮਿਲਿਆ। ਸੋ ਇਸ ਵੀਡੀਓ ਨੂੰ ਆਪਾਂ ਕਰ ਦਿੰਦੇ ਹਾਂ ਇੱਥੇ ਕਲੋਜ਼, ਅਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕਸ, ਅਤੇ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ। ਇਹਨੂੰ ਸ਼ੇਅਰ ਕਰ ਦਿਓ, ਜੇ ਚੰਗੀ ਲੱਗੇ ਤਾਂ ਲਾਈਕ ਕਰ ਦਿਓ, ਅਤੇ ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਅਤੇ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ, ਰੱਬ ਰਾਖਾ।